ਟਿਕਟੌਕ ਤੇ ਜੁੜੇ ਦੋਸਤੋ ਤੇ YouTube ਤੇ ਜੁੜੇ ਦੋਸਤੋ ਅੱਜ ਮੂਸੇ ਵਾਲੇ ਜੱਟ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਵਾਰ ਜੋ ਉਸਨੇ ਹਰੀ ਸਿੰਘ ਨਲੂਆ ਜੋ ਕਿ ਸਾਡੇ ਜਰਨੈਲ ਸੀਗੇ ਗਾਰਾ ਅਨਜੀਤ ਸਿੰਘ ਦੀ ਫੌਜ ਦੇ ਉਹਨਾਂ ਦੇ ਉੱਤੇ ਲਿਖੀ ਹੈ ਤੇ ਬਾਕੀ ਤੁਹਾਨੂੰ ਵੀਵਜ਼ ਦਾ ਪਤਾ ਹੀ ਹੈ ਮਿੰਟ-ਮਿੰਟ ਤੇ ਯੂਜ਼ ਵਰਤੇ ਜਾਂਦੇ ਨੇ ਤੇ ਉਹਦੇ ਨਾਲ ਥੋੜੀ ਜਿਹੀ ਇੱਕ ਕੰਟਰੋਵਰਸੀ ਹੋਈ ਸੀ ਕਿਉਂਕਿ ਉਸ ਗਾਣੇ ਦੇ ਵਿੱਚ ਮੁਹੰਮਦ ਖਾਨ ਐਦਾਂ ਦੇ ਨਾਮ ਯੂਜ਼ ਕੀਤੇ ਗਏ ਨੇ ਜ ਜਿਹਦੇ ਨਾਲ ਸ਼ਾਇਦ ਸਾਡੇ ਪਾਕਿਸਤਾਨੀ ਭਰਾਵਾਂ ਨੂੰ ਥੋੜਾ ਅਤਰਾਜ ਹੋਇਆ ਪਰ ਨਹੀਂ ਉਹ ਜਿਹੜੇ ਨਾਮ ਹੈਗੇ ਨੇ ਉਹ ਹਿਸਟਰੀ ਦੇ ਵਿੱਚੋਂ ਹੈਗੇ ਨੇ ਉਹ ਕਿਸੇ ਰਿਲੀਜੀਅਸ ਮੁਹੰਮਦ ਸਾਹਿਬ ਦਾ ਨਾਲ ਨਹੀਂ ਰਿਲੇਟਡ ਕਿਉਂਕਿ ਉਸ ਟਾਈਮ ਇੰਡੀਆ ਦੇ ਵਿੱਚ ਜੋ ਅੱਜ ਇੰਡੀਆ ਹੈਗਾ ਅਫਗਾਨਿਸਤਾਨ ਹੈ ਜਾਂ ਪਾਕਿਸਤਾਨ ਹੈ ਇਹਦੇ ਵਿੱਚੋਂ ਮੁਗਲਾਂ ਦਾ ਰਾਜ ਸੀਗਾ ਸੋ ਸਿੱਖਾਂ ਨੇ ਜਦੋਂ ਲੜਾਈਆਂ ਲੜੀਆਂ ਨੇ ਤਾਂ ਮੁਗਲਾਂ ਨਾਲ ਹੀ ਲੜੀਆਂ ਨੇ ਤੇ ਆ ਫਿਰ ਅਖੀਰ ਦੇ ਵਿੱਚ ਆ ਕੇ ਅੰਗਰੇਜ਼ਾਂ ਦੇ ਨਾਲ ਸੋ ਇਹੀ ਨਾਂ ਇਹਨਾਂ ਦੇ ਹੀ ਨਾਂ ਆਉਣੇ ਨੇ ਜੇ ਕਿਤੇ ਕੋਈ ਸੂਰਮਿਆਂ ਦੀਆਂ 12 ਗਾਈਆਂ ਜਾਣੀਆਂ ਨੇ ਸੋ ਇਹਦੇ ਵਿੱਚ ਕਿਸੇ ਬੰਦੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਧੂ ਮੂਸੇਵਾਲਾ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਹਿੰਦੁਸਤਾਨ ਸਾਈਡ ਦੇ ਪੰਜਾਬ ਦੇ ਚਾਹੇ ਪਾਕਿਸਤਾਨ ਸਾਈਡ ਦੇ ਸਾਰਿਆਂ ਨੂੰ ਵੀ ਪਿਆਰ ਕਰਦਾ ਸੀਗਾ ਤੇ ਸਭ ਨੂੰ ਪਤਾ ਹੈ ਤੇ ਸਾਰੇ ਉਹਦੇ ਫੋਲੋਅਰ ਹੈਗੇ ਨੇ ਦੋਨੇ ਪਾਸੇ ਹੈਗੇ ਨੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਸੋ ਕੁਝ ਬੰਦੇ ਇਦਾਂ ਦੀ ਕੰਟਰੋਵਰਸੀ ਕਰਨ ਨੂੰ ਫਿਰਦੇ ਸੀਗੇ ਉਹਨਾਂ ਦਾ ਬਹੁਤਾ ਧਿਆਨ ਨਾ ਦਿਓ ਤੇ ਬਾਕੀ ਇਹ ਗਾਣਿਆਂ ਦੇ ਵਿੱਚ ਸਾਡੇ ਵਿੱਚ ਜਿੰਦਾ ਰਹੇਗਾ ਕਬਰਾਂ ਚ ਪਿਆ ਵੀ बोलके ਸਭ ਦੀਆਂ ਪਿੱਠਾ ਲੋਾਈ ਜਾਂਦਾ ਤੇ ਐਦਾਂ ਹੀ ਲੋਆਂਦਾ ਰਹੇਗਾ ਆਹੀ ਉਹਦੀਆਂ ਕੁਆਲਿਟੀਆਂ ਦੇਖ ਕੇ 3 ਸਾਲ ਪਹਿਲਾਂ ਉਹਨੂੰ ਮੈਂ ਸਪੋਰਟ ਕਰਨਾ ਸ਼ੁਰੂ ਕੀਤਾ ਸੀਗਾ ਬਹੁਤ ਦਾ ਤਾਂ ਉਸੇ ਦਾ ਪਤਾ ਨਹੀਂ ਸੀ ਵੀ ਇਹਨੇ ਜਲਦੀ ਚਲੇ ਜਾਊਗਾ ਪਰ ਆਪਾਂ ਜਦੋਂ ਵੀ ਕਦੇ ਉਹਦਾ ਤੇ ਬੜਾ ਟਾਈਮ ਆਇਆ ਤੇ ਜਿਹੜੇ ਬੰਦੇ ਉਹਦੇ ਪਿੱਛੇ ਲੱਗੇ ਸੀਗੇ ਵਕੀਲ ਸੀਗੇ ਚਾਹੇ ਕੋਈ ਮੀਡੀਆ ਵਾਲੇ ਸੀ ਉਹਨਾਂ ਦੇ ਨੱਕ ਦੇ ਵਿੱਚ ਚੰਗੀ ਤਰ੍ਹਾਂ ਨਕੀਲ ਪਾ ਕੇ ਰੱਖੀ ਹੈ ਤੇ ਮੇਰੀਆਂ ਵੀਡੀਓ ਤੁਸੀਂ ਪਿਛਲੇ 3 ਸਾਲਾਂ ਤੋਂ ਦੇਖੀਆਂ ਹੋਣੀਆਂ ਜਿਹੜੇ ਠੋਕੇ ਨੇ ਉਹਦੇ ਖਿਲਾਫ ਬੋਲਣ ਵਾਲੇ ਜਿਹੜੇ ਨਜਾਇਜ਼ ਬੋਲਦੇ ਸੀਗੇ ਉਹ ਬਿਲਕੁਲ ਸ਼ਰਯਾਮ ਠੋਕੇ ਨੇ ਹੁਣ ਜਿਵੇਂ ਬਲਤੇਜ ਪੰਨੂ ਸੀਗਾ ਜੋ ਕਿ ਕੈਨੇਡਾ ਦਾ ਇੱਕ ਜਰਨਲਿਸਟ ਹੈਗਾ ਇੰਡੀਆ ਦੇ ਵਿੱਚ 베ਸਟ ਆ ਹੁਣ ਉਹ ਉਹ ਅੱਜਕੱਲ੍ਹ ਭਗਵੰਤ ਮਾਨ ਸਰਕਾਰ ਦੇ ਵਿੱਚ ਮੀਡੀਆ ਐਡਵਾਈਜ਼ਰ ਲੱਗਿਆ ਹੋਇਆ ਹੈ ਕਿਉਂਕਿ ਉਸ ਦਾ ਰਿਸ਼ਤਾ ਜ਼ਾਰਿਕ ਮੰਤਰੀ ਹੈਗਾ ਇਸ ਸਰਕਾਰ ਦੇ ਵਿੱਚ ਉਹੀ ਬੰਦਾ ਸੀ ਜਿਹਨੇ ਸਭ ਤੋਂ ਪਹਿਲਾਂ ਲੀਕ ਆਊਟ ਕੀਤੀ ਸੀ ਵੀ ਮੂਸੇ ਵਾਲੇ ਦੀ ਸਕਿਉਰਿਟੀ ਅਸੀਂ ਵਾਪਸ ਹਟਾ ਲਈ ਐ ਹੁਣ ਇਹ ਨਹੀਂ ਪਤਾ ਉਹ ਸਟੇਟਮੈਂਟ ਉਸਦੀ ਆਫੀਸ਼ਲ ਸੀਗੀ ਸਰਕਾਰ ਵੱਲੋਂ ਸੀ ਜਾਂ ਉਹਨੇ ਜਾਤੀ ਤੌਰ ਤੇ ਹੀ ਦੇ ਦਿੱਤੀ ਉਸ ਦਾ ਵੀ ਅੱਗੇ ਇਨਵੈਸਟੀਗੇਸ਼ਨ ਹੋਏਗੀ ਤੇ ਉਹ ਵੀ ਕਲਪਰੇਟਾਂ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਆਵੇਗਾ ਜ਼ਿੰਮੇਵਾਰੀ ਉਹਦੇ ਤੇ ਵੀ ਆਵੇਗੀ ਉਹਦਾ ਤਾਂ ਉਹ ਬਾਹਰ ਰੱਖੇ ਗਿਆ ਹੋਇਆ ਹੈ ਬੜਾ ਅਸੂਲੀ ਬੰਦਾ ਸਮਝਦਾ ਆਪਣੇ ਆਪ ਨੂੰ ਉਸਨ ਖੁਦ ਹੀ ਹੱਥ ਖੜੇ ਕਰਕੇ ਕਹਿਣਾ ਚਾਹੀਦਾ ਸੀ ਵੀ ਦੇਖੋ ਮੇਤੇ ਗਲਤੀ ਹੋ ਗਈ ਮੈਂ ਇੱਥੇ ਪ੍ਰੋਟੋਕੋਲ ਜਿਹੜੀ ਕੀਤੀ ਹੈ ਉਹ ਗਲਤ ਕੀਤੀ ਹੈ ਕਰਨੀ ਨਹੀਂ ਸੀ ਚਾਹੀਦੀ ਤੇ ਉਸ ਬੰਦੇ ਉਸ ਦੀ ਵਜ੍ਹਾ ਕਰਕੇ ਇਸ ਨੌਜਵਾਨ ਨੂੰ ਨੁਕਸਾਨ ਹੋਇਆ ਇਹ ਤਾਂ ਹੁੰਦੀ ਹੈ ਬੰਦਿਆਂ ਵਾਲੀ ਗੱਲ ਹੁਣ ਉਦੋਂ ਦਾ ਨਾ ਕਿਸੇ মিডিਆ ਦੇ ਵਿੱਚ ਨਾ ਕਿਤੇ ਨਹੀਂ ਆਉਣਾ ਬੰਦ ਕੀਤਾ ਹੋਇਆ ਉਸਨੇ ਉਸਦੇ ਲੜਕੇ ਦੀ ਕਦੋਂ ਸ਼ਾਦੀ ਸੀਗੀ ਉਦਦੇ ਵਸ ਬੜਾ ਜਾ ਉਹ ਦੇਖਿਆ ਕਿ ਤੇ ਖਬਰਾਂ ਦੇ ਵਿੱਚ ਨਹੀਂ ਉਹ ਖੁੱਡੇ ਚ ਬੜਿਆ ਬੈਠਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਨੂੰ ਵੀ ਜਿਹੜੇ ਆਉਣ ਵਾਲੇ 50-55 ਗਾਣੇ ਹੈਗੇ ਨੇ ਸਿੱਧੂ ਦੇ ਉਹ ਇਦਾਂ ਹੀ 2-4 ਮਹੀਨਿਆਂ ਪਿੱਛੋਂ 5 ਮਹੀਨਿਆਂ ਪਿੱਛੋਂ ਇੱਕ ਇੱਕ ਗਾਣਾ ਆਉਂਦਾ ਰਹੇਗਾ ਤੇ ਸਾਨੂੰ ਸਾਡੇ ਵਿੱਚ ਉਹ ਜਿੰਦਾ ਰਹੇਗਾ ਆਪਣੇ ਗਾਣਿਆਂ ਦੇ ਥਰੂ ਧੰਨਵਾਦ